ਦੋਨਾਂ ਨੇ ਮੋਢੇ ਤੇ ਕਹੀ ਰੱਖੀ, ਜਾ ਰਹੇ ਅੱਗੇ ਨੂੰ ਕਿੱਲੇ ਵਾਲੇ ਪਾਸੇ ਨੂੰ ਜਾ ਕੇ ਡਰੰਮ ਭਰਦੇ ਆ। ਅੱਛਾ ਭਾਰ ਉਫ ਡਰੰਮ ਤਾਂ ਹੈ, ਚੱਲ ਸ਼ਰਤ ਲਾ ਵੀ ਡਰੰਮ ਦੇ 'ਚ ਕਿੰਨੇ ਕੈਨ ਪੈਣਗੇ ਪਾਣੀ ਦੇ? ਉਹ 10 ਲੀਟਰ ਵਾਲਾ ਕੈਨ ਆ ਜਿੰਨਾ ਆਪਾਂ ਭਰਦੇ ਹੁੰਦੇ ਆ, 17 1.5 ਲੀਟਰ ਦੀ ਬੋਤਲ ਲਾਉਂਦੇ ਆ। 17 ਅਗਰ 19 ਪਏ ਤਾਂ ਫਿਰ ਸੋਚ ਲਾ ਫਿਰ ਵੀ। ਆਹ ਦੇਖੋ ਜੀ ਸ਼ਰਤ ਲੱਗਣ ਲੱਗੀ ਆ, ਤੁਹਾਨੂੰ ਜਾ ਕੇ ਅਸੀਂ ਡਰੰਮ ਦਿਖਾਉਂਦੇ ਹਾਂ। 10 ਲੀਟਰ ਵਾਲਾ ਕੈਨ ਆ ਜੀ, ਉਹ ਭਰ ਕੇ ਵਿੱਚ ਗਿਣ ਕੇ ਪਾਉਣੇ ਆ। ਇਹ ਕਹਿੰਦਾ 17 ਪੈਣੇ, ਮੈਂ ਕਹਿੰਦਾ 19 ਪੈਣੇ ਆ। ਦੇਖਦੇ ਹਾਂ ਹੁਣ ਕੌਣ ਸੱਚਾ। 1.5 ਲੀਟਰ ਦੀ ਬੋਤਲ ਪੱਕੀ ਪੱਕੀ, ਕਿਹੜੀ? ਕੋਕ, ਸਪਰਾਈਟ, ਫੈਂਟਾ, ਕਿਹੜੀ? ਗੱਲ ਕਲੀਅਰ ਕਰ ਦੇਣਾ ਪਹਿਲੇ। ਕੋਕ ਜੀ, ਕੋਕ ਦੀ ਬੋਤਲ ਖੁੱਲੇਗੀ, ਇੱਥੇ ਹੀ ਖੁੱਲੇਗੀ ਜੀ, ਹੁਣ ਹੀ ਸਾਡਾ ਟਾਈਮ ਖੁੱਲੇਗੀ। ਚਲੋ ਵੀ ਸ਼ਰਤ ਲੱਗ ਗਈ ਹੈ ਸਾਡੀ, ਆ ਡਰੰਮ ਆ ਗਿਆ, ਤੁਹਾਨੂੰ ਅਸੀਂ ਡਰੰਮ ਦਿਖਾਉਂਦੇ ਹਾਂ। ਬਿਲਕੁਲ ਮੈਂ, ਅਸਲਾਮ ਵਾਲੇਕੁਮ ਦੋਸਤੋ, ਦੋਸਤੋ ਮੈਂ ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਠਾਕ ਖੈਰ ਆਫਤ ਨਾਲ ਹੋਵੋਗੇ। ਦੋਸਤੋ ਮੈਂ ਤੁਹਾਡਾ ਆਪਣਾ ਵੀਰ, ਤੁਹਾਡਾ ਆਪਣਾ ਭਾਈ ਮੁਹੰਮਦ ਆਤੀ, ਤੁਹਾਡੇ ਆਪਣੇ ਚੈਨਲ ਪਿੰਡ ਪੰਜਾਬ ਤੋਂ ਅੱਜ ਇੱਕ ਹੋਰ ਬਲੌਗ। ਅਤੇ ਸਮਝ ਤਾਂ ਗਿਆ ਪਿੱਛੇ ਕਈ ਪੇਜ ਦੇਖ ਕੇ, ਯਾਨੀ ਕਿ ਵੀਡੀਓ ਲੈ ਕੇ ਆਇਆ ਵਾ, ਯਾਨੀ ਕਿ ਅੱਜ ਸਟੋਲ ਨਹੀਂ ਲੱਗਿਆ ਚਲਾਉਣ। ਅੱਜ ਹੈਗਾ ਸਾਡਾ ਨਹਿਰ ਦਾ ਪਾਣੀ ਦਾ ਵਾਰਾ। ਆਹ ਦੇਖੋ ਨਹਿਰ ਦਾ ਪਾਣੀ ਦਾ ਵਾਰਾ ਵਾ, ਇੱਥੇ ਟੁੱਕਾ ਲਾ ਕੇ ਹਟਿਆ ਵਾ, ਇੱਧਰੋਂ ਆ ਇੱਧਰ ਨੂੰ ਟੁੱਕਾ ਲਾ ਕੇ ਹਟਿਆ ਵਾ, ਅਤੇ ਇੱਧਰ ਨੂੰ ਪਾਣੀ ਅੱਗੇ ਨੂੰ ਲੈ ਕੇ ਜਾਣਾ, ਕਮਾਦ ਪਲਾਉਣਾ ਵਾ। ਅਤੇ ਅੱਜ ਦੁਕਾਨ ਤੋਂ ਛੁੱਟੀ ਕੀਤੀ ਹੋਈ ਹੈ, ਨਹਿਰ ਦਾ ਪਾਣੀ ਲਾਉਣਾ ਵਾ। ਤਕਰੀਬਨ ਹੋਰ 20-25 ਮਿੰਟ ਤੱਕ ਸ਼ੁਰੂ ਹੋ ਜਾਣਾ ਵਾ, 2 ਵਜੇ ਵਾਰਾ ਸ਼ੁਰੂ ਹੋਣਾ ਵਾ, ਅਤੇ ਜਾਂਦਾ ਵਾ 6 ਵਜੇ ਤੱਕ, 6:30 ਵਜੇ ਤੱਕ ਪਾਣੀ ਦਾ ਵਾਰਾ ਦਾ ਟਾਈਮ ਚੱਲਦਾ ਸਾਡਾ। ਅਤੇ ਅੱਜ ਤੁਸੀਂ ਇੱਕ ਛੋਟਾ ਜਿਹਾ ਬਲੌਗ ਬਣਾ ਕੇ ਇਸ ਮੁਕੰਮਲ ਵਾਰੇ ਤੁਸੀਂ ਕਿੱਦਾਂ ਆਪਾਂ ਨਹਿਰ ਦਾ ਪਾਣੀ ਲਾ ਰਹੇ ਹਾਂ, ਅਤੇ ਆਪਣੇ ਸਾਡੇ ਦੋਸਤਾਂ ਨਾਲ ਸ਼ੇਅਰ ਕਰਾਂਗੇ। ਚਲੋ ਹੁਣ ਚੱਲਦੇ ਹਾਂ ਆਪਾਂ ਅੱਗੇ ਆਪਦੀ ਮੁਕੰਮਲ ਵੀਡੀਓ ਦੀ ਤਰਫ। ਹਾਂ ਦੇਖੋ, ਆਹ ਮੋਟਰਸਾਈਕਲ ਖੜ੍ਹਾ ਮੇਰਾ, ਇੱਧਰ ਮੋਟਰਸਾਈਕਲ 'ਤੇ ਆਇਆ ਵਾਂ। ਹਾਂ ਇੱਥੋਂ ਖੱਤਿਆਂ ਦੇ ਵਿੱਚੋਂ ਦੀ ਲੈ ਕੇ ਵਾਹਿਆ ਹੋਇਆ ਖਾਣ, ਖੱਤੇ ਦੇ ਵਿੱਚੋਂ ਇੱਧਰ ਲੈ ਕੇ ਆਇਆ ਮੋਟਰਸਾਈਕਲ, ਖੜ੍ਹਾ ਮੋਟਰਸਾਈਕਲ ਇੱਥੇ ਮੇਰਾ ਧੁੱਪੇ। ਬਾਕੀ ਹੁਣ ਆਪ ਇੱਧਰ ਨੂੰ ਮੈਂ ਜਾ ਰਿਹਾ ਅੱਗੇ ਨੂੰ। ਉਹ ਅੱਜ ਗਿਆ ਟਾਈਮ ਪੂਰਾ ਹੋ ਗਿਆ, ਹੁਣ ਆਪਣਾ ਟਾਈਮ ਆ ਗਿਆ ਪਾਣੀ ਦਾ। ਆ ਦੇਖੋ ਢੱਕਣ ਖੋਲ੍ਹ ਕੇ ਆਪਾਂ ਇੱਧਰ ਲਾਉਣਾ ਵਾ, ਇਸ ਤੋਂ ਪਾਣੀ ਆਪਾਂ ਇੱਧਰ ਬੰਦ ਕਰ ਦੇਣਾ, ਉੱਧਰ ਨੂੰ ਅੱਗੇ ਲੈ ਕੇ ਜਾਣਾ। ਬੰਨ ਕੇ ਪਾਣੀ ਲੈਣ ਤਾਂ ਬੰਨ ਕੇ, ਆ ਦੇਖੋ ਪਾਣੀ ਜਾਣ ਲੱਗ ਪਿਆ ਵਾ ਅੱਗੇ ਨੂੰ, ਇਹਨੂੰ ਸਾਰਾ ਹੁਣ ਜਾਂਦੇ ਹਾਂ ਅੱਗੇ, ਖਾਦ ਵੀ ਪਾਉਣੀ ਆ ਕਮਾਦ ਨੂੰ, ਖਾਦ ਡਰੰਮ 'ਚ ਅੱਗੇ ਪਾ ਜਾਂਦੀ, ਹੁਣ ਜਾ ਕੇ ਉਹਨੂੰ ਪਾਣੀ ਨਾਲ ਭਰਦੇ ਹਾਂ, ਭਰ ਕੇ ਫਿਰ ਦੇਖਦੇ ਹਾਂ ਉਹ ਸਾਨੂੰ ਟੂਟੀ ਜਾ ਕੇ ਖੋਲ੍ਹਦੇ ਹਾਂ। ਆ ਉੱਥੇ ਪਿੱਛੇ ਪਾਣੀ ਨਹੀਂ ਚੜ੍ਹਨਾ, ਇੱਥੇ ਫੱਟੀ ਥੱਲੇ ਸਿੱਟਦੇ ਹਾਂ, ਇਹ ਵੱਡੇ ਵਾਲੀ ਸਿੱਟ, ਵੱਡੇ ਵਾਲੀ, ਇਹਨੂੰ ਕੱਢ ਬਾਹਰ, ਉਹ ਪਿੱਛੇ ਵੱਡੇ ਵਾਲੇ ਪੀ ਚੱਕ ਉਹਨੂੰ। ਨਾ ਬਸ ਇੱਕ 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 ਹੀ ਉਹ ਇੱਕ ਬਹੁਤ ਆ, ਮੰਮਾ ਪਿੱਛੇ ਰੁੜ ਜਾਣਾ ਪਾਣੀ ਸਾਰਾ। ਫੱਟੀਆਂ ਦੌੜ ਆਤੀਆਂ ਵਾ ਤਾਂ ਕਿ ਤੂੰ ਚਰੀ ਨੂੰ ਪਾਣੀ ਚੜ੍ਹ ਜਾਵੇ, ਚਰੀ ਪਿੱਛੋਂ ਪੀ ਜਾਵੇ ਪੱਠੇ। ਗਰਮੀ ਬੜੀ ਆ, ਕਹਿੰਦਾ ਅੱਗੇ ਗਰਮੀ ਬੜੀ ਆ। ਦੇਖੋ ਚਾਰ ਛੋਰੇ ਕਮਾਦ ਆ, ਹਰ ਪਾਸੇ ਫਸਲ ਆ, ਕੋਈ ਹਵਾ ਵੀ ਨਹੀਂ ਚੱਲ ਰਹੀ, ਅਤੇ ਗਰਮੀ ਸਮਝੋ ਇਵੇਂ ਕਿ ਕੰਮ ਟਾਇਰ 'ਚ ਕੀਤੀ ਖੜੀ ਗਰਮੀ ਫੁੱਲ। ਹੁਣ ਦੋਨਾਂ ਨੇ ਮੋਢੇ 'ਤੇ ਕਹੀ ਰੱਖੀ, ਜਾ ਰਹੇ ਅੱਗੇ ਨੂੰ ਕਿੱਲੇ ਵਾਲੇ ਪਾਸੇ ਨੂੰ ਜਾ ਕੇ ਡਰੰਮ ਭਰਦੇ ਹਾਂ। ਅੱਛਾ ਭਾਰ ਉਫ ਡਰੰਮ ਤਾਂ ਹੈ, ਚੱਲ ਸ਼ਰਤ ਲਾ ਵੀ ਡਰੰਮ ਦੇ 'ਚ ਕਿੰਨੇ ਕੈਨ ਪੈਣਗੇ ਪਾਣੀ ਦੇ? ਉਹ 10 ਲੀਟਰ ਵਾਲਾ ਕੈਨ ਆ ਜਿੰਨਾ ਆਪਾਂ ਭਰਦੇ ਹੁੰਦੇ ਹਾਂ, 1.5 ਲੀਟਰ ਦੀ ਬੋਤਲ ਲਾਉਂਦੇ ਹਾਂ। 17 ਅਗਰ 19 ਪਏ ਤਾਂ ਫਿਰ ਸੋਚ ਲਾ ਫਿਰ ਵੀ। ਆਹ ਦੇਖੋ ਜੀ ਸ਼ਰਤ ਲੱਗਣ ਲੱਗੀ ਆ, ਤੁਹਾਨੂੰ ਜਾ ਕੇ ਅਸੀਂ ਡਰੰਮ ਦਿਖਾਉਂਦੇ ਹਾਂ। 10 ਲੀਟਰ ਵਾਲਾ ਕੈਨ ਆ ਜੀ, ਉਹ ਭਰ ਕੇ ਵਿੱਚ ਗਿਣ ਕੇ ਪਾਉਣੇ ਆ। ਇਹ ਕਹਿੰਦਾ 17 ਪੈਣੇ, ਮੈਂ ਕਹਿੰਦਾ 19 ਪੈਣੇ ਆ। ਦੇਖਦੇ ਹਾਂ ਹੁਣ ਕੌਣ ਸੱਚਾ। 1.5 ਲੀਟਰ ਦੀ ਬੋਤਲ ਪੱਕੀ ਪੱਕੀ, ਕਿਹੜੀ? ਕੋਕ, ਸਪਰਾਈਟ, ਫੈਂਟਾ, ਕਿਹੜੀ? ਗੱਲ ਕਲੀਅਰ ਕਰ ਦੇਣਾ ਪਹਿਲੇ। ਕੋਕ ਜੀ, ਕੋਕ ਦੀ ਬੋਤਲ ਖੁੱਲੇਗੀ, ਇੱਥੇ ਹੀ ਖੁੱਲੇਗੀ ਜੀ, ਹੁਣ ਹੀ ਸਾਡਾ ਟਾਈਮ ਖੁੱਲੇਗੀ। ਚਲੋ ਵੀ ਸ਼ਰਤ ਲੱਗ ਗਈ ਹੈ ਸਾਡੀ, ਆ ਡਰੰਮ ਆ ਗਿਆ, ਤੁਹਾਨੂੰ ਅਸੀਂ ਡਰੰਮ ਦਿਖਾਉਂਦੇ ਹਾਂ। ਬਿਲਕੁਲ ਆਹ ਦੇਖ ਲਓ ਜੀ, ਕੈਨ ਦਿਖਾਤਾ, ਆਹ 10 ਲੀਟਰ ਦਾ ਕੈਨ, ਆਹ ਡਰੰਮ ਆ, 9 ਦਾ ਹੁੰਦਾ। ਚਲੋ ਜਿੰਨਾ ਵੀ ਹੈਗਾ ਜੀ, ਆਹ ਜੀ ਪਾਉਣੇ ਜੀ, ਇਹਨੇ 17 ਕਹਿੰਦਾ ਮੈਂ 19 ਕਹਿੰਦਾ। ਆਹ ਦੇਖ ਲਓ ਥੱਲੇ ਖਾਦ ਵੀ ਯੂਰੀਆ ਪਾਈ ਹੋਈ ਆ ਇਸ ਟਾਈਮ, ਆਹ ਦੇਖੋ ਇੰਨਾ ਪਾਉਣੀ ਆ।
उस हिसाब ने देखते हैं फिर। डेढ़ लीटर की बोतल पक्की है ना, तो गिण के पाई है फिर। एक, दो, अठ, अठ हो गए जी। अजय किन्ना हो गया वा? अगर दोनों दे अगर आइडिया ना पूरा उतर फिर बोतल कौन पिलाएगा? नहीं नहीं फिर देखांगे, फिर जी यही करांगे जी, पैसे दोनों पर आएंगे फिर जो कुछ होएगा। किन्ने हो गया है? किन्ने हो गए? दस हो गए ना, अठ अगे पाए से नौ आए तो दसवा आए, दस हो गए जी पूरे। आ हो गए ग्यारह, हिसाब ला लो आ ग्यारह हो गए जी। आ ड्रम इत्थे तक हो गए, हालात चेक कर लो, ये दो रेंदे आ, मेरे चार रेंदे आ। सोलह पा, तेरा तो आखरी है, तू तो ज्यादा देख दे जिदा ज्यादा होया नुकसान देखांगे उस हिसाब नाल। आज तो सतारह पूरे हो गए जी, मेरे हुण दो रह गए जी होर, अठारह ते उन्नी। पा साहब बोतल तैयार कर लो तुसी। आ हो गया अठारवा पा, उन्नीवा काका लिया बोतल। आ जी बोतल मैं गया जित, या जित गया पा साहब। सुनाओ सतारा कहने वाला जा रही हो, देख किधर, देख किधर हूं किधर। आ देखो जी उन्नी कहना ना भर गई हो, उन्नी कैन हो गए जी फुल विच, ये सतारा सके, मैं कह उन्नी पैन गए हूँ जी। कोक की बोतल खुलेगी, डेढ़ लीटर वाली, डेढ़ लीटर वाली मुक्की सी ना अपनी, हूँ जाने तू थोड़ा वेला कोक की बोतल लैके उन्ने फिर वो खोलते हैं इतने नाले बह के सुकून ना पीने भी हैं। हाँ भा मसा चस आई कि है वे खोल प्लास चक, आना प्लास चक लगे असं इन खोलन जी। ये हो गया कट कर, और थोड़ा कर मामा घंटे च पीत जाना इन्ने जिन्ना पानी है जी। हाँ दोस्तों बिल्कुल किला भर गया वा, माता हम ड्रम बिल्कुल वेला करन आए असी, कर दे खोल दे पूरा, तो हूँ असं इस झोने पानी मोड़ना इन। किला बिल्कुल भर गया इधर ला कमाद ला, हूँ झोने मोड़ांगे, ये भरना वा। दोस्तों मैं उम्मीद करता साड़ी अज की वीडियो थोड़ा अज का ब्लॉग साडा पसंद आया होगा, इदा का रहो और मजीद वीडियो देखने साडे चैनल पिंड पंजाब में सबसक्राइब कर लो, नाल जरा बैल आइकन का बटन भी प्रेस कर लियो ताकि अगे आने मजीद वीडियो नोटिफिकेशन थोड़ा जल्द जल्द पहुँच सकन। अगली वीडियो तक सानू दे इजाजत, ओके अल्लाह हाफिज़।